ਇਹ ਨਿਰਾਸ਼ਾ ਜਿਸ ਪੱਧਰ ਤੇ ਪਹੁੰਚ ਗਈ ਹੈ ਉਹ ਦਹਾਕਿਆਂ 'ਚ ਨਹੀਂ ਦੇਖੀ ਗਈ। ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਪਿਛਲੇ ਕੁਝ ਦਿਨਾਂ 'ਚ ਹਜ਼ਾਰਾਂ ਲੋਕ ਪਹੁੰਚੇ ਨੇ ਜਿਨ੍ਹਾਂ ਕੋਲ ਘਰ ਅਤੇ ਨੌਕਰੀਆਂ ਸਨ, ਜੋ ਜ਼ਿੰਦਗੀ ਸ਼ਾਨ ਨਾਲ ਜਿਉਂਦੇ ਸਨ, ਉਹ ਵੀ ਸਭ ਕੁਝ ਪਿੱਛੇ ਛੱਡਣ ਨੂੰ ਮਜਬੂਰ ਹੋਏ। ਗੁੱਸੇ ਵਿੱਚ ਆਏ ਲੋਕ ਆਪਣੀ ਮਦਦ ਆਪ ਹੀ ਕਰ ਰਹੇ ਨੇ, ਨਾ ਸਰਕਾਰ ਨਾ ਕੋਈ ਮਾਨਵਤਾ ਲਈ ਕੰਮ ਕਰਨ ਵਾਲੀਆਂ ਏਜੰਸੀਆਂ ਅੱਗੇ ਆਈਆਂ। ਮਲਾਕਾ ਦੇ ਪੁੱਤਰ ਫੌਜ ਵਿੱਚ ਨੇ। ਮਲਾਕਾ ਕਹਿ ਰਹੇ ਨੇ ਕਿ ਸਿਰਫ ਗਰੀਬ ਹੀ ਜੰਗ ਦੇ ਮੈਦਾਨ 'ਚ ਜਾਂਦਾ ਹੈ ਤੇ ਸਿਆਸਤਦਾਨ ਸਿਰਫ ਦੇਖਦੇ ਨੇ। ਅਸੀਂ ਇਸ ਕੈਂਪ ਨੂੰ ਹਰ ਘੰਟੇ ਵੱਧਦਾ ਦੇਖ ਰਹੇ ਹਾਂ। ਜਿਵੇਂ ਜਿਵੇਂ ਤਾਲਿਬਾਨ ਸੂਬਾਈ ਰਾਜਧਾਨੀਆਂ ਉੱਤੇ ਕਬਜ਼ਾ ਕਰ ਰਿਹਾ, ਅਫਗਾਨਿਸਤਾਨ ਦੇ ਵੱਖ ਵੱਖ ਹਿੱਸਿਆਂ ਤੋਂ ਲੋਕ ਇੱਥੇ ਆ ਰਹੇ ਨੇ। ਇੱਥੇ ਅਸੀਂ ਜਿਨ੍ਹਾਂ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਉਹਨਾਂ ਵਿੱਚੋਂ ਬਹੁਤੇ ਇੱਕ ਵਾਰ, ਦੋ ਵਾਰ ਤੇ ਕਈ ਵਾਰ ਕਾਬੁਲ ਪਹੁੰਚਣ ਦੇ ਲਈ ਭੱਜੇ ਨੇ। ਇੱਥੇ ਪਹੁੰਚੇ ਲੋਕ ਕਹਿੰਦੇ ਨੇ ਕਿ ਹੁਣ ਕਿਤੇ ਹੋਰ ਜਾਣ ਦੇ ਲਈ ਕੋਈ ਥਾਂ ਨਹੀਂ ਬਚੀ। ਇੱਥੇ ਪਹੁੰਚਣ ਲਈ ਇਹਨਾਂ ਨੇ ਤਾਲਿਬਾਨ ਦੇ ਕਈ ਚੈੱਕ ਪੁਆਇੰਟ ਪਾਰ ਕੀਤੇ ਨੇ ਤੇ ਖਤਰਨਾਕ ਸਫ਼ਰ ਤੈਅ ਕੀਤਾ। ਗੁਲਾ ਲਈ ਕਹਿੰਦੇ ਨੇ ਕਿ ਕਾਬੁਲ ਪਹੁੰਚਣ ਤੋਂ ਪਹਿਲਾਂ ਉਹ ਇੱਕ ਥਾਂ ਤੋਂ ਦੂਜੀ ਥਾਂ ਜਾਣ ਲਈ 3 ਦਿਨ ਤੱਕ ਗਏ। ਉਹਨਾਂ ਦੇ 4 ਬੱਚੇ ਨੇ ਤੇ ਸਭ ਤੋਂ ਛੋਟੇ ਦੀ ਉਮਰ ਮਹਿਜ਼ 2 ਸਾਲ ਹੈ। ਜਦੋਂ ਅਸੀਂ ਇੱਥੇ ਪਹੁੰਚੇ ਤਾਂ ਹਫ਼ਤੇ ਤੱਕ ਭੁੱਖੇ ਸੀ। ਕਾਬੁਲ ਦੇ ਕੁਝ ਵਾਸੀ ਸਾਡੇ ਲਈ ਖਾਣਾ ਲੈ ਕੇ ਆਏ ਤੇ ਸਾਨੂੰ ਰਾਤ ਗੁਜ਼ਾਰਨ ਦੇ ਲਈ ਥਾਂ ਮਿਲੀ। ਅਸੀਂ ਸ਼ਾਂਤੀ ਚਾਹੁੰਦੇ ਹਾਂ ਤੇ ਵਾਪਸ ਪਰਤਣ ਦੇ ਲਈ ਸੁਰੱਖਿਆ ਵੀ। ਮੇਰੇ ਬੱਚੇ ਹਿੰਸਾ ਕਾਰਨ ਪਰੇਸ਼ਾਨ ਹਨ। ਜਦੋਂ ਤਾਲਿਬਾਨ ਨੇ ਹਮਲਾ ਕੀਤਾ ਉਸ ਵੇਲੇ 10 ਸਾਲ ਦੀ ਖਾਲਿਦਾ ਸਕੂਲ ਵਿੱਚ ਇਮਤਿਹਾਨ ਦੇ ਰਹੀ ਸੀ। ਮੈਂ ਬਿਹਤਰ ਭਵਿੱਖ ਦੀ ਖੁਆਇਸ਼ ਰੱਖਦੀ ਹਾਂ ਅਤੇ ਆਪਣੇ ਪਿੰਡ ਵਾਪਸ ਜਾਣਾ ਚਾਹੁੰਦੀ ਹਾਂ। ਮੇਰੇ ਪਿਤਾ ਅਤੇ ਮੇਰੇ ਭਰਾ ਨੂੰ ਤਾਲਿਬਾਨ ਲੜਾਕੂਆਂ ਨੇ ਮਾਰ ਦਿੱਤਾ। ਅਸੀਂ ਉੱਥੋਂ ਭੱਜ ਕੇ ਇੱਥੇ ਆ ਗਏ। ਕਈ ਲੋਕਾਂ ਨੂੰ ਆਪਣੀ ਜਾਨ ਬਚਾਉਣ ਲਈ ਆਪਣੇ ਮਰ ਚੁੱਕੇ ਜੀਆਂ ਨੂੰ ਪਿੱਛੇ ਛੱਡਣਾ ਪਿਆ। ਸ਼ੀਰ ਮੁਹੰਮਦ ਦੇ ਮਾਪਿਆਂ ਦੀ ਹਿੰਸਾ ਵਿੱਚ ਮੌਤ ਹੋ ਗਈ। ਜਿਸ ਦਿਨ ਕੁੰਡੂਜ਼ ਸ਼ਹਿਰ ਉੱਤੇ ਤਾਲਿਬਾਨ ਨੇ ਕਬਜ਼ਾ ਕੀਤਾ, ਦੁਕਾਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਕਈ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਘਰਾਂ ਨੂੰ ਲੜਾਕੂ ਜਹਾਜ਼ਾਂ ਰਾਹੀਂ ਬੰਬ ਨਾਲ ਉਡਾ ਦਿੱਤਾ ਗਿਆ। ਤਾਲਿਬਾਨ ਉੱਤੇ ਹਮਲੇ ਉੱਤੇ ਕੋਸ਼ਿਸ਼ ਸਮੇਂ ਸਰਕਾਰ ਨੇ ਲੋਕਾਂ ਦੇ ਘਰਾਂ ਉੱਤੇ ਬੰਬ ਸੁੱਟੇ, ਪੂਰੇ ਦੇ ਪੂਰੇ ਪਰਿਵਾਰ ਮਾਰੇ ਗਏ। ਇਹਨਾਂ ਵਿੱਚੋਂ ਕਿਹੜੀਆਂ ਕਹਾਣੀਆਂ ਮੈਂ ਤੁਹਾਨੂੰ ਦੱਸਾਂ। ਇੱਥੇ ਪਹੁੰਚੇ ਕਈ ਲੋਕ ਉੱਤਰੀ ਅਫਗਾਨਿਸਤਾਨ ਦੇ ਕੁੰਡੂਜ਼ ਤੋਂ ਭੱਜ ਕੇ ਆਏ ਨੇ, ਜਿਸ ਉੱਤੇ ਲੰਘੇ ਐਤਵਾਰ ਤਾਲਿਬਾਨ ਨੇ ਕਬਜ਼ਾ ਕੀਤਾ। ਕਾਬੁਲ 'ਚ ਅਸੀਂ ਇਸ ਸ਼ਖਸ ਨੂੰ ਮਿਲੇ ਜਿਸ ਨੂੰ 4 ਹਫ਼ਤਿਆਂ ਪਹਿਲਾਂ ਕੁੰਡੂਜ਼ ਦੇ ਵਿੱਚ ਮਿਲੇ ਸੀ। 2 ਜ਼ਖਮੀ ਹੋਇਆ, ਦੂਸਰਾ ਕਾਬੁਲ ਮੈਂ ਹਿਜਰਤ ਕੀਤਾ ਹਮਨੇ। ਜਦੋਂ ਅਸੀਂ ਇੱਥੇ ਲੋਕਾਂ ਨੂੰ ਮਿਲੇ ਉਸ ਵੇਲੇ ਹਜ਼ਾਰਾਂ ਲੋਕ ਪਿੰਡਾਂ ਤੋਂ ਭੱਜ ਕੇ ਆਏ ਸਨ। ਹੁਣ ਸਾਨੂੰ ਪਤਾ ਲੱਗਿਆ ਕਿ ਕੁਝ ਦਿਨਾਂ ਤੋਂ ਇਹਨਾਂ ਕੈਂਪਾਂ ਉੱਤੇ ਹਮਲੇ ਹੋ ਰਹੇ ਨੇ। ਅਸੀਂ ਨਹੀਂ ਜਾਣਦੇ ਕਿ ਜਿਨ੍ਹਾਂ ਲੋਕਾਂ ਨੂੰ ਅਸੀਂ ਉੱਥੇ ਮਿਲੇ ਉਹਨਾਂ ਨਾਲ ਕੀ ਹੋਇਆ। ਉੱਤਰੀ ਅਫਗਾਨਿਸਤਾਨ ਦਾ ਬਹੁਤਾ ਹਿੱਸਾ ਤਾਲਿਬਾਨ ਨੇ ਆਪਣੇ ਕਬਜ਼ੇ 'ਚ ਲੈ ਲਿਆ ਹੈ। ਜੋ ਲੋਕ ਬਚ ਕੇ ਕਾਬੁਲ ਵੱਲ ਆ ਗਏ ਨੇ ਉਹਨਾਂ ਨੂੰ ਡਰ ਹੈ ਕਿ ਰਾਜਧਾਨੀ ਵੀ ਹਫ਼ਤਿਆਂ ਵਿੱਚ ਤਾਲਿਬਾਨ ਅਧੀਨ ਹੋ ਜਾਵੇਗੀ।